ਕੋਈ ਨਹੀਂ, ਕੋਈ ਬੈਠੇ ਰਹਿਣ ਦੇ, ਇਹਨੂੰ ਬੈਠੇ ਰਹਿਣ ਦੇ ਬਸ। ਨਹੀਂ ਨਹੀਂ ਕਿਉਂ ਨੀ ਚੜਿਆ, ਜਗ੍ਹਾ ਹੈਗੀ ਜਗ੍ਹਾ ਹੈਗੀ ਆ, ਖਾਲੀ ਗੱਡੀ ਸੀ। ਕੀ ਨਾਮ ਆ ਬਾਈ ਜੀ ਆਪਣਾ? ਮੇਰਾ ਨਾਮ ਹਰਕੇਸ਼ ਕੁਮਾਰ ਬਿੱਕੀ ਹੈ ਜੀ, ਪੰਜਾਬ ਰੋਡਵੇਜ਼ ਪਨ ਬੱਸ PRTC ਕੰਟਰੈਕਟ ਵਰਕਰ ਯੂਨੀਅਨ ਸੂਬੇ ਦਾ ਮੇਨ ਪ੍ਰਧਾਨ ਹੈ ਜੀ। ਅੱਛਾ, ਕੱਲ੍ਹ ਜਿਹੜੀ ਉਹ ਘਟਨਾ ਹੋਈ ਆ, ਮੁਲਾਜ਼ਮ ਬੱਸ ਦੇ ਮੂਹਰੇ ਚੜਿਆ ਬੈਠਾ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਜਿਹੜੀ ਕੱਲ੍ਹ ਇਹ ਘਟਨਾ ਹੋਈ ਹੈ, ਕੱਲ੍ਹ ਆਪਣੀ ਬੱਸ ਲਗਭਗ 6 ਵਜੇ ਸ਼ਾਮ ਨੂੰ ਚੀਕੇ ਨੂੰ ਜਾ ਰਹੀ ਸੀ। ਬੱਸ ਦੇ ਵਿੱਚ ਲਗਭਗ 100 ਸਵਾਰੀ ਸੀ, ਓਵਰਲੋਡ ਸੀ ਬੱਸ, ਅਤੇ ਬੱਸ ਦੇ ਵਿੱਚ ਜਗ੍ਹਾ ਨਹੀਂ ਮਿਲੀ ਉਹਨੂੰ ਬੈਠਣ ਵਾਸਤੇ, ਅਤੇ ਉਹਨੇ ਇੰਨੀ ਬਦਤਮੀਜ਼ੀ ਕੀਤੀ ਮੁੰਡੇ ਨੇ, ਪਹਿਲਾਂ ਤਾਂ ਅੱਗੇ ਉਹ ਡਰਾਈਵਰ ਦੇ ਗਲ ਪਿਆ, ਉਹਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੀਆਂ, ਅਤੇ ਫਿਰ ਜਾ ਕੇ ਸ਼ਾਇਦ ਉਹਨੇ ਨਸ਼ਾ ਕੀਤਾ ਹੋਇਆ ਸੀ, ਜਾ ਕੇ ਉਹ ਬੱਸ ਦੇ ਮੂਹਰੇ ਫਰੰਟ ਦੇ ਅੱਗੇ ਬੈਠ ਗਿਆ, ਜਿਹਦੇ ਨਾਲ ਕੋਈ ਅਣਸਕਵੀ ਘਟਨਾ ਵੀ ਵਾਪਰ ਸਕਦੀ ਸੀ, ਅਤੇ ਉਹ ਆਪਣੇ ਆਪਦੀ ਜਾਨ ਨੂੰ ਮੁਸੀਬਤ 'ਚ ਪਾ ਕੇ ਫਰੰਟ 'ਤੇ ਜਾ ਕੇ ਬੱਸ ਦੇ ਮੂਹਰੇ ਬਹਿ ਗਿਆ। ਅੱਗੇ ਜਾ ਕੇ ਡਰਾਈਵਰ ਨੇ ਗੱਡੀ ਰੋਕੀ, ਉੱਥੋਂ ਆਪਣੇ ਇੰਸਪੈਕਟਰ ਵਗੈਰਾ ਆਏ, ਉਹਨਾਂ ਨੇ ਜਾ ਕੇ ਉਹਨੂੰ ਬੱਸ ਦੇ ਮੂਹਰੋਂ ਉਤਾਰਿਆ। ਸੋ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ, ਮੈਨੇਜਮੈਂਟ ਨੂੰ ਬੇਨਤੀ ਕਰਦੇ ਹਾਂ ਵੀ ਅਜਿਹੇ ਲੋਕਾਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ। ਅਸੀਂ ਮੰਗ ਕਰਦੇ ਹਾਂ ਵੀ ਅਜਿਹੇ ਲੋਕਾਂ ਨੂੰ ਸਬਕ ਸਿਖਾਇਆ ਜਾਵੇ, ਇਸ ਦੇ ਨਾਲ ਆਮ ਜਨਤਾ ਨੂੰ ਵੀ ਇੱਕ ਵਧੀਆ ਮੈਸੇਜ ਆਏਗਾ, ਜੋ ਇਹ ਗਲਤ ਅਨਸਰ ਨੇ ਜਾਣ ਬੁੱਝ ਕੇ ਆਪਣੀ ਤਾਂ ਆਪਣੀ ਨਾਲ ਆਮ ਪਬਲਿਕ ਦੀ ਜਿਹੜੀ ਜਾਨ ਆ ਉਹਨੂੰ ਵੀ ਜੋਖਮ 'ਚ ਪਾਉਂਦੇ ਨੇ ਜੀ। ਸੋ ਵਾਹਿਗੁਰੂ ਦੀ ਕਿਰਪਾ ਹੋਵੇਗੀ, ਕੋਈ ਘਟਨਾ ਨਹੀਂ ਵਾਪਰੀ, ਦੁਰਘਟਨਾ ਨਹੀਂ ਵਾਪਰੀ, ਨਹੀਂ ਜਿਹੜੇ ਹਿਸਾਬ ਨਾਲ ਉਹ ਅੱਗੇ ਬੈਠਿਆ ਸੀ ਕੋਈ ਨਾ ਕੋਈ ਘਟਨਾ ਜਿਹੜੀ ਵਾਪਰ ਸਕਦੀ ਸੀਗੀ। ਕੋਈ ਨਹੀਂ, ਕੋਈ ਬੈਠੇ ਰਹਿਣ ਦੇ, ਇਹਨੂੰ ਬੈਠੇ ਰਹਿਣ ਦੇ ਬਸ। ਨਹੀਂ ਨਹੀਂ ਕਿਉਂ ਨੀ ਚੜਿਆ, ਨਹੀਂ ਇਹਨੂੰ ਪੁੱਛ, ਮੇਰੀ ਜਗ੍ਹਾ ਹੈਗੀ ਜਗ੍ਹਾ ਹੈਗੀ ਆ, ਖਾਲੀ ਗੱਡੀ ਸੀ। ਕੀ ਨਾਮ ਆ ਬਾਈ ਜੀ ਆਪਣਾ? ਮੇਰਾ ਨਾਮ ਹਰਕੇਸ਼ ਕੁਮਾਰ ਬਿੱਕੀ ਹੈ ਜੀ, ਪੰਜਾਬ ਰੋਡਵੇਜ਼ ਪਨ ਬੱਸ PRTC ਕੰਟਰੈਕਟ ਵਰਕਰ ਯੂਨੀਅਨ ਸੂਬੇ ਦਾ ਮੇਨ ਪ੍ਰਧਾਨ ਹੈ ਜੀ। ਅੱਛਾ, ਕੱਲ੍ਹ ਜਿਹੜੀ ਉਹ ਘਟਨਾ ਹੋਈ ਆ, ਮੁਲਾਜ਼ਮ ਬੱਸ ਦੇ ਮੂਹਰੇ ਚੜਿਆ ਬੈਠਾ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਜਿਹੜੀ ਕੱਲ੍ਹ ਇਹ ਘਟਨਾ ਹੋਈ ਹੈ, ਕੱਲ੍ਹ ਆਪਣੀ ਬੱਸ ਲਗਭਗ 6 ਵਜੇ ਸ਼ਾਮ ਨੂੰ ਚੀਕੇ ਨੂੰ ਜਾ ਰਹੀ ਸੀ। ਬੱਸ ਦੇ ਵਿੱਚ ਲਗਭਗ 100 ਸਵਾਰੀ ਸੀ, ਓਵਰਲੋਡ ਸੀ ਬੱਸ, ਅਤੇ ਬੱਸ ਦੇ ਵਿੱਚ ਜਗ੍ਹਾ ਨਹੀਂ ਮਿਲੀ ਉਹਨੂੰ ਬੈਠਣ ਵਾਸਤੇ, ਅਤੇ ਉਹਨੇ ਇੰਨੀ ਬਦਤਮੀਜ਼ੀ ਕੀਤੀ ਮੁੰਡੇ ਨੇ, ਪਹਿਲਾਂ ਤਾਂ ਅੱਗੇ ਉਹ ਡਰਾਈਵਰ ਦੇ ਗਲ ਪਿਆ, ਉਹਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੀਆਂ, ਅਤੇ ਫਿਰ ਜਾ ਕੇ ਸ਼ਾਇਦ ਉਹਨੇ ਨਸ਼ਾ ਕੀਤਾ ਹੋਇਆ ਸੀ, ਜਾ ਕੇ ਉਹ ਬੱਸ ਦੇ ਮੂਹਰੇ ਫਰੰਟ ਦੇ ਅੱਗੇ ਬੈਠ ਗਿਆ, ਜਿਹਦੇ ਨਾਲ ਕੋਈ ਅਣਸਕਵੀ ਘਟਨਾ ਵੀ ਵਾਪਰ ਸਕਦੀ ਸੀ, ਅਤੇ ਉਹ ਆਪਣੇ ਆਪਦੀ ਜਾਨ ਨੂੰ ਮੁਸੀਬਤ 'ਚ ਪਾ ਕੇ ਫਰੰਟ 'ਤੇ ਜਾ ਕੇ ਬੱਸ ਦੇ ਮੂਹਰੇ ਬਹਿ ਗਿਆ। ਅੱਗੇ ਜਾ ਕੇ ਡਰਾਈਵਰ ਨੇ ਗੱਡੀ ਰੋਕੀ, ਉੱਥੋਂ ਆਪਣੇ ਇੰਸਪੈਕਟਰ ਵਗੈਰਾ ਆਏ, ਉਹਨਾਂ ਨੇ ਜਾ ਕੇ ਉਹਨੂੰ ਬੱਸ ਦੇ ਮੂਹਰੋਂ ਉਤਾਰਿਆ। ਸੋ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ, ਮੈਨੇਜਮੈਂਟ ਨੂੰ ਬੇਨਤੀ ਕਰਦੇ ਹਾਂ ਵੀ ਅਜਿਹੇ ਲੋਕਾਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ। ਅਸੀਂ ਮੰਗ ਕਰਦੇ ਹਾਂ ਵੀ ਅਜਿਹੇ ਲੋਕਾਂ ਨੂੰ ਸਬਕ ਸਿਖਾਇਆ ਜਾਵੇ, ਇਸ ਦੇ ਨਾਲ ਆਮ ਜਨਤਾ ਨੂੰ ਵੀ ਇੱਕ ਵਧੀਆ ਮੈਸੇਜ ਆਏਗਾ, ਜੋ ਇਹ ਗਲਤ ਅਨਸਰ ਨੇ ਜਾਣ ਬੁੱਝ ਕੇ ਆਪਣੀ ਤਾਂ ਆਪਣੀ ਨਾਲ ਆਮ ਪਬਲਿਕ ਦੀ ਜਿਹੜੀ ਜਾਨ ਆ ਉਹਨੂੰ ਵੀ ਜੋਖਮ 'ਚ ਪਾਉਂਦੇ ਨੇ ਜੀ। ਸੋ ਵਾਹਿਗੁਰੂ ਦੀ ਕਿਰਪਾ ਹੋਵੇਗੀ, ਕੋਈ ਘਟਨਾ ਨਹੀਂ ਵਾਪਰੀ, ਦੁਰਘਟਨਾ ਨਹੀਂ ਵਾਪਰੀ, ਨਹੀਂ ਜਿਹੜੇ ਹਿਸਾਬ ਨਾਲ ਉਹ ਅੱਗੇ ਬੈਠਿਆ ਸੀ ਕੋਈ ਨਾ ਕੋਈ ਘਟਨਾ ਜਿਹੜੀ ਵਾਪਰ ਸਕਦੀ ਸੀਗੀ।